ਹੁਣ ਗੱਲ ਕਰਾਂਗੇ ਅਫਗਾਨਿਸਤਾਨ ਦੀ ਦੁੱਖਾਂਮਾਰੀ ਧਰਤ ਦੀ ਅਫਗਾਨਿਸਤਾਨ ਦੇ ਵਿੱਚ ਜ਼ਬਰਦਸਤ ਪੁਚਾਲ ਆਇਆ ਜਿੱਥੇ 1000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਹੋਰ ਬਹੁਤ ਸਾਰੇ ਲੋਕ ਹਸਪਤਾਲਾਂ ਦੇ ਵਿੱਚ ਨੇ ਅਫਗਾਨਿਸਤਾਨ ਦੇ ਪਖਤਿਕਾ ਸੂਬੇ ਦੇ ਵਿੱਚ ਬੁੱਧਵਾਰ ਨੂੰ 6.1 ਦੀ ਤੀਬਰਤਾ ਦੇ ਪੁਚਾਲ ਤੋਂ ਬਾਅਦ ਦੇਸ਼ ਦੀ ਤਾਲਿਬਾਨੀ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਤੋਂ ਰਾਹਤ ਕਾਰਜਾਂ ਦੇ ਵਿੱਚ ਮਦਦ ਵੀ ਮੰਗੀ ਹੈ ਹੁਣ ਤੱਕ ਇਸ ਘਟਨਾ ਦੇ ਵਿੱਚ 1000 ਤੋਂ ਵੱਧ ਮੌਤਾਂ ਦੇ ਨਾਲ-ਨਾਲ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਨੇ ਇਲਾਕੇ ਦੇ ਵਿੱਚ ਜਿੱਥੇ ਪੁਚਾ ਆਲਾ ਹੈ ਉੱਥੇ ਜ਼ਿਆਦਾਤਰ ਕੱਚੇ ਘਰ ਨੇ ਮਲਬੇ ਥੱਲੇ ਅਣਗਿਣਤ ਲੋਕ ਦੱਬੇ ਹੋਏ ਨੇ ਪਿਛਲੇ ਦੋ ਦਹਾਕਿਆਂ ਦੇ ਦੌਰਾਨ ਆਇਆ ਇਹ ਸਭ ਤੋਂ ਸ਼ਕਤੀਸ਼ਾਲੀ ਭੁਚਾਲ ਹੈ ਜਿਸ ਤੇ ਝਟਕੇ ਪਾਕਿਸਤਾਨ ਦੇ ਨਾਲ-ਨਾਲ ਭਾਰਤ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਪੀੜਤ ਹੁਣ ਆਪੋ ਆਪਣੀਆਂ ਦੁੱਖ ਭਰੀਆਂ ਕਹਾਣੀਆਂ ਦੱਸ ਰਹੇ ਨੇ ਇੱਕ ਪੀੜਤ ਸ਼ਬੀਰ ਉਹਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਧਰਤੀ ਹਿੱਲ ਰਹੀ ਸੀ ਮੇਰਾ ਬੈੱਡ ਅਚਾਨਕ ਹਿੱਲਣ ਲੱਗਿਆ ਛੱਤ ਡਿੱਗ ਗਈ ਮੈਂ ਫਸ ਗਿਆ ਪਰ ਮੈਂ ਆਕਾਸ਼ ਨੂੰ ਦੇਖ ਸਕਦਾ ਸੀ ਮੇਰਾ ਮੋਢਾ ਹਿੱਲ ਗਿਆ ਸੀ ਮੇਰਾ ਸਿਰ ਬਹੁਤ ਦੁਖ ਰਿਆ ਸੀ ਪਰ ਮੈਂ ਨਿਕਲ ਆਇਆ ਤੇ ਮੈਨੂੰ ਪੂਰਾ ਅੰਦਾਜ਼ਾ ਹੈ ਕਿ ਉਸ ਕਮਰੇ ਦੇ ਅੰਦਰ ਮੇਰੇ परिवार ਦੇ ਜਿਹੜੇ ਹੋਰ 7 ਜਾਂ 9 ਜਣੇ ਮੌਜੂਦ ਸਨ ਉਹ ਸਾਰੇ ਮਾਰੇ ਗਏ ਹੋਣਗੇ ਇਸੇ ਤਰ੍ਹਾਂ ਇੱਕ ਹੋਰ ਤਸਵੀਰ ਜਿਹੜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਉਥੋਂ ਦੇ ਅਫਗਾਨਿਸਤਾਨ ਦੇ ਇੱਕ ਰਿਪੋਰਟਰ सय्यਦ ਨੇ ਇਹ ਸਾਂਝੀ ਕੀਤੀ ਹੈ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਹੈ ਇਹਦੇ ਵਿੱਚ 3 ਤੋਂ 4 ਸਾਲ ਦੀ ਬੱਚੀ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਾਸੂਮੀਅਤ ਭਰਿਆ ਚਿਹਰਾ ਹੈ ਦੇ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਗਵਾਂਡੀ ਉਹ ਕਹਿ ਰਹੇ ਨੇ ਕਿ ਇਸ 3 ਸਾਲ ਦੀ ਬੱਚੀ ਦਾ ਇਸ ਜ਼ਬਰਦਸਤ ਪੁਚਾਲ ਦੇ ਵਿੱਚ ਕੋਈ ਨਹੀਂ بچਿਆ ਕੋਈ ਆਲੇ ਦੁਆਲੇ ਉਸ ਦੇ ਪਰਿਵਾਰ ਦਾ ਮੈਂਬਰ ਨਹੀਂ ਦਿਖਾਈ ਦੇ ਰਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਾਰੇ ਮਰ ਚੁੱਕੇ ਨੇ ਅਸੀਂ ਜ਼ਰੂਰ ਅਰਦਾਸ ਕਰਾਂਗੇ ਕਿ ਪਰਮਾਤਮਾ ਇਸ ਬੱਚੀ ਦੀ ਰੱਖਿਆ ਕਰੇ ਸਿਰਫ 3 3-4 ਸਾਲ ਦੀ ਇਹ ਬੱਚੀ ਹੈ ਸੋ ਅਫਗਾਨਿਸਤਾਨ ਦੇ ਲੋਕ ਪਹਿਲਾਂ ਹੀ ਮੁਸੀਬਤਾਂ ਦੇ ਪਹਾੜ ਹੇਠ ਨੇ ਦੇਸ਼ ਵਿੱਚ ਕਈ ਦਹਾਕੀਆਂ ਤੋਂ ਤਣਾਅ ਚੱਲ ਰਿਹਾ ਹੈ ਗਰੀਬੀ ਚਾਰੇ ਪਾਸੇ ਫੈਲੀ ਹੋਈ ਹੈ ਤਾਲਿਬਾਨ ਦੀ ਸਰਕਾਰ ਜਦੋਂ ਆਈ ਹੈ ਉਦੋਂ ਵੀ ਮੁਲਕ ਅਰਥਿਕ ਤੌਰ ਤੇ ਬੁਰੀ ਤਰ੍ਹਾਂ ਦੇ ਨਾਲ ਝੰਬਿਆ ਗਿਆ ਕਈ ਮੁਲਕਾਂ ਨੇ ਅਫਗਾਨਿਸਤਾਨ ਦੀ ਮਦਦ ਕਰਨੀ ਬੰਦ ਕਰ ਦਿੱਤੀ ਸੀ ਲੋਕਾਂ ਦੇ ਰੋਜ਼ਗਾਰ ਚਲੇ ਗਏ ਨੇ ਪਿਛਲੇ ਦਿਨੀ ਅਫਗਾਨਿਸਤਾਨ ਦੇ ਇੱਕ ਨੈਸ਼ਨਲ ਟੀਵੀ ਚੈਨਲ ਦੇ ਐਂਕਰ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਜਿਹੜਾ ਹੁਣ ਗਲੀਆਂ ਦੇ ਵਿੱਚ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਦੇਸ਼ ਦੀ ਪਹਿਲਾਂ ਤੋਂ ਹੀ ਕਮਜ਼ੋਰ ਆਪ ਦਾ ਪ੍ਰਬੰਧਨ ਪ੍ਰਣਾਲੀ ਪੂਰੀ ਤਰ੍ਹਾਂ ਦੇ ਨਾਲ కుਰਾ ਰਹੀ ਹੈ ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਇਸ ਵਕਤ ਮਰੀਜ਼ਾਂ ਦਾ ਇਲਾਜ ਕਰਨ ਲਈ ਦਵਾਈਆਂ ਤੱਕ ਨਹੀਂ ਹਨ ਅਫਗਾਨਿਸਤਾਨ ਦੀ ਆਬਾਦੀ ਅਜੇ ਹੀ ਨਹੀਂ ਹੈ ਜ ਮજબૂત ਹੋਵੇ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋਵੇ ਇੱਥੇ ਲੋਕ ਅਤ ਦੀ ਲਾਚਾਰੀ ਦੇ ਵਿੱਚ ਜਿਉਂ ਰਹੇ ਨੇ